ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਵੀਰਾਂ ਭਰਾਵਾਂ ਦਾ? ਸਭ ਵਧੀਆ, ਸਭ ਘੈਂਟ ਆ। ਮੇਰੇ ਦਿਲੋਂ ਦੁਆਏ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਖੈਰ, ਅੱਜ ਕੱਲ੍ਹ ਦੇ ਨੌਜਵਾਨਾਂ ਦਾ ਇੱਕੋ ਹੀ ਨਾਰਾ ਆ ਕਿ ਕੰਮ ਜਵਾਨਾਂ ਦੀ ਮੌਤ ਆ। ਗੱਲ ਵੀ ਸਹੀ ਆ, 12-14 ਘੰਟੇ ਡਿਊਟੀ, ਮਜ਼ਦੂਰੀ, ਕਈਆਂ ਕੰਮਾਂ 'ਚ ਛੁੱਟੀ ਵੀ ਕੋਈ ਨਹੀਂ। ਫਿਰਨ ਟਰਾਂ ਦੀ ਉਮਰ ਆ, ਕਿਹੜੇ ਕੰਮਾਂ 'ਚ ਪੈ ਗਏ। ਕਈਆਂ ਕੰਮਾਂ 'ਚ ਤਨਖਾਹ ਵੀ ਕੋਈ ਨਹੀਂ ਚੰਗੀ। ਲੱਖ ਭੇਜ ਲਓ ਜਾਂ 30,000 ਭੇਜ ਲਓ, ਸਮਝ ਨਹੀਂ ਆਉਂਦੀ ਗਿਆ ਕਿੱਧਰ ਏ। ਜਿੰਨੇ ਵੀ ਕਮਾਈਏ ਸਮਝ ਨਹੀਂ ਆਉਂਦੀ, ਕਿਉਂਕਿ ਘਰ ਲੱਗ ਜਾਂਦੇ ਆ, ਮਾਂ ਜੀ ਦੀਆਂ ਦਵਾਈਆਂ ਨਹੀਂ ਮੁੱਕਦੀਆਂ, ਪਿਓ ਦਾ ਸਿਗਰਟ ਪਾਣੀ ਨਹੀਂ ਮੁੱਕਦਾ, ਕਰਜ਼ੇ ਨਹੀਂ ਲੈਂਦੇ, ਦੁੱਧ ਚਾਹ ਪਾਣੀ ਅੱਗੇ ਪਿੱਛੇ ਪਤਾ ਨਹੀਂ ਕਿੱਥੇ ਕਿੱਥੇ ਲੱਗ ਜਾਂਦੇ ਆ। ਖੈਰ, ਜਿੰਨੇ ਵੀ ਕਮਾ ਲਈਏ ਸਮਝ ਨਹੀਂ ਆਉਂਦੀ ਗਿਆ ਕਿੱਧਰ ਆ। ਮੈਨੂੰ ਮੇਰਾ ਦੋਸਤ ਇੱਕ ਕਹਿੰਦਾ, ਘਰ ਮਾਈ ਬਾਬੇ ਨੂੰ ਖਿੱਚ ਕੇ ਰੱਖਣਾ ਚਾਹੀਦਾ। ਮੈਂ ਕਿਹਾ ਉਹ ਕਿਉਂ? ਕਹਿੰਦਾ ਖਰਚਾ ਬਹੁਤ ਕਰਦੇ ਆ। ਖੈਰ, ਇਹ ਤੇ ਸੀ ਨੌਜਵਾਨ ਦੀਆਂ ਗੱਲਾਂ, ਜਿਹੜੇ ਕਿ ਅੱਜ ਕੱਲ ਦੇ ਸ਼ੀ ਜਵਾਨ ਮੁੰਡੇ ਆ, ਜਿਹੜੇ ਕਿ ਨਵੀਂ ਨਵੀਂ ਮਜ਼ਦੂਰੀ ਕਰਨ ਲੱਗੇ ਆ, ਉਹਨਾਂ ਲਈ ਇਹ ਗੱਲਾਂ ਜ਼ਿਆਦਾ ਅਹਿਮੀਅਤ ਦਿੰਦੀਆਂ। ਕਈ ਨੌਜਵਾਨ ਦੇ ਜ਼ਿਹਨ 'ਚ ਇਹ ਦੀਆਂ ਗੱਲਾਂ ਬੈਠ ਗਈਆਂ ਨੇ ਕਿ ਅਸੀਂ ਮਾਂ ਬਾਪ ਨੂੰ ਜਿਹੜੇ ਪੈਸੇ ਦੇਣੇ, ਸਾਡੇ ਜ਼ਾਇਆ ਚਲੇ ਜਾਂਦੇ ਨੇ, ਜਾਂ ਮਾਂ ਪਿਓ ਸਾਡੇ ਪੈਸੇ ਜ਼ਾਇਆ ਕਰ ਛੱਡਦਾ। ਲੇਕਿਨ ਵਿਊ ਥੋੜਾ ਚੇਂਜ ਕਰਕੇ ਦੇਖਦੇ ਆ, ਵਕਤ ਨੂੰ ਥੋੜਾ ਜਿੰਨਾ ਬੈਕ ਲੈ ਕੇ ਚੱਲਦੇ ਆ। ਬਚਪਨ ਦਾ ਜ਼ਮਾਨਾ ਸੀ ਤੁਹਾਡਾ ਮੇਰਾ, ਅੱਖਾਂ ਨੀਂਦ ਨਾਲ ਭਰੀਆਂ ਹੁੰਦੀਆਂ ਸੀ। ਮਾਂ ਕਹਿੰਦੀ ਸੀ ਪੁੱਤ ਸੌਂ ਜਾ, ਲੇਕਿਨ ਅਸੀਂ ਕਹਿੰਦੇ ਸੀ ਨਾ ਨਾ ਨਾ, ਮੇਰੇ ਅੱਬਾ ਜੀ ਨੇ ਆਉਣਾ, ਮੇਰੇ ਲਈ ਚੀਜ਼ ਲੈ ਕੇ ਆਉਣਾ, ਮੈਂ ਖਾ ਕੇ ਫਿਰ ਸੋਵਾਂਗਾ, ਸੁਬਹ ਸਕੂਲ ਲਈ ਪੈਸੇ ਲੈ ਕੇ ਫਿਰ ਸੋਵਾਂਗਾ। ਤੇ ਬਾਏ ਚਾਂਸ ਅਸੀਂ ਅਗਰ ਕਦੇ ਸੋ ਵੀ ਜਾਂਦੇ ਸੀ ਨਾ, ਤਾਂ ਸਾਡੀ ਮਾਂ ਸਾਡੇ ਲਈ ਹਿੱਸਾ ਰੱਖ ਛੱਡਦੀ ਸੀ ਕਿ ਮੇਰਾ ਪੁੱਤ ਸੁਬਹ ਉੱਠ ਕੇ ਖਾ ਲਏਗਾ। ਤੇ ਜੇ ਕਦੇ ਅਸੀਂ ਖਲੋਣਿਆਂ ਦੀ ਜ਼ਿੱਦ ਕਰਦੇ ਸੀ ਨਾ, ਸਾਡਾ ਬਾਪ ਸਾਡੇ ਲਈ ਲੈ ਕੇ ਆਉਂਦਾ ਸੀ। ਬਾਪ ਸਾਡੇ ਨੂੰ ਇਹ ਵੀ ਪਤਾ ਹੁੰਦਾ ਸੀ, ਮੇਰੇ ਪੁੱਤ ਨੇ ਘੰਟਾ, ਦੋ ਘੰਟੇ, ਦਿਨ ਜਾਂ ਚਾਰ ਦਿਨ ਖੇਲਣਾ, ਉਹਦੇ ਬਾਅਦ ਤੋੜਦੇ ਨੇ, ਮੇਰੇ ਪੈਸੇ ਜ਼ਾਇਆ ਜਾਣੇ। ਲੇਕਿਨ ਕਦੇ ਮੇਰੇ ਬਾਪ ਨੇ ਇਹ ਨਹੀਂ ਸੋਚਿਆ ਕਿ ਮੇਰੇ ਪੁੱਤਰ ਨੇ ਖਿਲੌਣਾ ਤੋੜ ਦੇਣਾ, ਮੈਨੂੰ ਨਾਲ ਲੈ ਕੇ ਦਾ। ਲੇਕਿਨ ਲੈ ਕੇ ਦਿੰਦੇ ਸੀ ਆਪਣੀ ਮਜ਼ਦੂਰੀ ਵਿੱਚੋਂ, 12-14 ਘੰਟੇ ਡਿਊਟੀ ਕਰਕੇ, ਕਈ ਦਫਾ ਹੱਥਾਂ ਦੇ ਛਾਲੇ, ਹੱਥ ਜ਼ਖਮੀ, ਕਈ ਦਫਾ ਬੁਖਾਰ ਦੀ ਹਾਲਤ 'ਚ, ਕਈ ਦਫਾ ਮੌਸਮ ਸਰਦੀ ਗਰਮੀ, ਬਾਰਿਸ਼ਾਂ, ਧੁੰਦਾਂ, ਪ੍ਰਦੇਸ਼, ਹਰ ਕਿਸਮ ਦੀ ਪਰੇਸ਼ਾਨੀ ਨੂੰ ਹੱਸ ਕੇ ਬਰਦਾਸ਼ਤ ਕੀਤਾ ਕਿ ਕਿਤੇ ਮੇਰਾ ਪੁੱਤਰ ਅਨਪੜ੍ਹ ਨਾ ਰਹਿ ਜੇ। ਇਸ ਗੱਲ ਦੀ ਤੇ ਸਮਝ ਆ ਗਈ, ਮਾਂ ਐਂਡ ਤੇ ਰੋਟੀ ਕਿਉਂ ਖਾਂਦੀ ਸੀ। ਪਰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ 500 ਦੀ ਦਿਹਾੜੀ ਚੋਂ ਮੇਰੇ ਸਕੂਲ ਦੇ ਖਰਚੇ, ਕਾਪੀਆਂ, ਕਿਤਾਬਾਂ, ਫੀਸਾਂ, ਇਦਾਂ ਸ਼ਬਰਾਤਾਂ, ਕੰਪਿਊਟਰ ਤੋਂ ਲੈ ਕੇ ਮੋਬਾਈਲ ਦੇ ਖਰਚੇ ਤੱਕ ਕਿੱਦਾਂ ਦੋਵੇਂ ਜੀ ਐਡਜਸਟ ਕਰਦੇ ਰਹੇ। ਜਦੋਂ ਮੰਗੇ, ਜਿੰਨੇ ਮੰਗੇ, ਹੱਸ ਕੇ ਦਿੱਤੇ। ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਅੱਜ ਤੇਰੀ ਜਵਾਨੀ ਏ, ਤੂੰ ਕਹਿੰਦਾ ਉਹ ਤੇਰੇ ਮਾਲ ਨੂੰ ਜ਼ਾਇਆ ਕਰ ਛੱਡਦੇ ਨੇ। ਕਦੇ ਵੀ ਇੰਜ ਦੀ ਸੋਚ ਨਾ ਰੱਖੀ ਵੀਰੇ। 100-200 ਤੋਂ ਲੈ ਕੇ ਲੱਖਾਂ ਤੱਕ ਆਪਣੇ ਮਾਂ ਬਾਪ ਤੇ ਨਿਛਾਵਰ ਕਰ ਦਿਆ ਕਰ, ਗਰੀਬਾਂ, ਮਸਕੀਨਾਂ, ਯਤੀਮਾਂ ਨੂੰ ਵੰਡ ਦਿਆ ਕਰ, ਤੇਰਾ ਮਾਲ ਜ਼ਾਇਆ ਨਹੀਂ ਜਾ ਲਗਾ ਯਾਰ। ਜਿਸ ਨਬੀ ਨੂੰ ਦੁਸ਼ਮਨ ਸਾਦਕ ਅਮੀਨ ਕਹਿ ਛੱਡਣ, ਦੱਸ ਉਸ ਨਬੀ ਦਾ ਰੱਬ ਕਿੱਦਾਂ ਝੂਠ ਬੋਲ ਸਕਦਾ। ਮੇਰਾ ਰੱਬ ਫਰਮਾਂਦਾ, ਤੂੰ ਮੇਰੀ ਰਾਹ ਵਿੱਚ 1 ਰੁਪਿਆ ਦੇ, ਮੈਂ ਉਹਦੇ ਬਦਲੇ ਤੈਨੂੰ 10 ਦਾਂਗਾ। ਉਹ ਯਾਰ, ਮੈਂ ਸਦਕੇ ਨਾ ਜਾਵਾਂ ਉਸ ਨਬੀ ਤੋਂ ਜਿਹਦਾ ਅਸੀਂ ਕਲਮਾ ਪੜ੍ਹਨੇ ਆ। ਮੇਰੇ ਨਬੀ ਦੀ ਸ਼ਾਦੀ ਹੋਈ ਨਾ ਹਜ਼ਰਤ ਖਤੀਜਾਤੁਲ ਕੁਬਰਾ ਨਾਲ, ਤੇ ਉਲਾਮਾ ਇਕਰਾਮ ਫਰਮਾਂਦੇ ਨੇ ਉਸ ਟਾਈਮ ਦੇ ਜਿੰਨੇ ਵੀ ਅਮੀਰ ਤਰੀਨ ਬਾਦਸ਼ਾਹ, ਅਬੂ ਜਾਲ ਵਰਗੇ ਜਿਹੜੇ ਤਾਜਰ ਸਨ, ਉਹਨਾਂ ਸਾਰਿਆਂ ਦਾ ਮਾਲ ਇਕੱਠਾ ਕਰਕੇ ਇੱਕ ਜਗ੍ਹਾ ਤੇ ਢੇਰੀ ਲਾ ਛੱਡੀ ਹੈ ਨਾ, ਤੇ ਹਜ਼ਰਤ ਖਤੀਜਾਤੁਲ ਕੁਬਰਾ ਦਾ ਮਾਲ ਉਹਨਾਂ ਸਾਰਿਆਂ ਤੋਂ ਜ਼ਿਆਦਾ ਸੀ। ਤੇ ਹਜ਼ਰਤ ਖਤੀਜਾਤੁਲ ਕੁਬਰਾ ਨੇ ਫਰਮਾਇਆ, ਸੋਹਣਿਆ, ਅੱਜ ਤੂੰ ਸਾਰਾ ਤੇਰਾ, ਮੇਰੇ ਨਬੀ ਨੇ ਸੁਬਹ ਦਾ ਸੂਰਜ ਨਹੀਂ ਚੜ੍ਹਨ ਦਿੱਤਾ, ਸਾਰਾ ਮਾਲ ਗਰੀਬਾਂ ਵਿੱਚ ਵੰਡ ਛੱਡਿਆ। 22,56,000 ਮੁਰੱਬਾ ਮੀਲ ਦਾ ਇਕੱਲਾ ਹੀ ਵਾਰਸ, 22,56,000 ਮੁਰੱਬਾ ਮੀਲ ਦਾ ਇਕੱਲਾ ਵਾਰਸ, ਵਕਤ ਦਾ ਬਾਦਸ਼ਾਹ। ਗੱਲ ਕਰ ਰਿਹਾ ਮੈਂ ਹਜ਼ਰਤ ਉਮਰ ਦੀ। ਤੇ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਪੁੱਛਦੇ ਸੀ ਕਿ ਅੱਜ ਕੋਈ ਭੁੱਖਾ ਤੇ ਨਹੀਂ ਸੌਂ ਗਿਆ। ਤੇ ਜੇ ਗੱਲ ਕਰਾਂ ਮੈਂ ਹਜ਼ਰਤ ਅਲੀ ਦੀ, ਤੇ ਫਕੀਰ ਆ ਕਹਿਣ ਲੱਗਾ, ਸੁਣਿਆ ਭੁੱਖ ਬੜੀ ਲੱਗੀ ਹੈ। ਹਜ਼ਰਤ ਅਲੀ ਨੇ ਸਹਾਬਾ ਨੂੰ ਫਰਮਾਇਆ, ਜਾਓ ਫਕੀਰ ਨੂੰ ਖਾਣਾ ਖਿਲਾਓ। ਤੇ ਸਹਾਬਾ ਕਹਿਣ ਲੱਗੇ, ਜੀ ਖਾਣਾ ਤੇ ਇਹ ਬੋਕਸ 'ਚ ਪਏ ਹੈ। ਹਜ਼ਰਤ ਅਲੀ ਨੇ ਫਰਮਾਇਆ, ਬੋਕਸ ਹੀ ਦੇ ਛੱਡੋ। ਕਹਿਣ ਲੱਗੇ, ਜੀ ਬੋਕਸ ਇਹ ਊਠ ਤੇ ਪਏ ਹੈ। ਹਜ਼ਰਤ ਅਲੀ ਨੇ ਫਰਮਾਇਆ, ਊਠ ਦੇ ਛੱਡੋ। ਸਹਾਬਾ ਕਹਿਣ ਲੱਗਾ, ਜੀ ਊਠ ਕਈ ਊਠਾਂ ਵਿੱਚ ਖੜਾ ਹੈ। ਹਜ਼ਰਤ ਅਲੀ ਨੇ ਫਰਮਾਇਆ, ਸਾਰੇ ਊਠ ਦੇ ਛੱਡੋ। ਤੇ ਸਹਾਬਾ ਊਠ ਲੈ ਕੇ ਆਇਆ ਤੇ ਪਿੱਛੇ ਹੀ ਖੜਾ ਹੋ ਗਿਆ। ਹਜ਼ਰਤ ਅਲੀ ਨੇ ਫਰਮਾਇਆ, ਜਾਂਦਾ ਨਹੀਂ, ਦਿੰਦਾ ਨਹੀਂ। ਤੇ ਸਹਾਬਾ ਨੇ ਹੱਥ ਜੋੜ ਕੇ ਕਿਹਾ, ਸੋਹਣਿਆ ਤੇਰੀ ਸਹਾਬਤ ਵੇਖ ਕੇ ਨਾ ਮੈਂ ਡਰ ਗਿਆ ਕਿ ਕਿਤੇ ਤੁਸੀਂ ਮੈਨੂੰ ਵੀ ਨਾ ਦੇ ਛੱਡੋ। ਉਹ ਯਾਰ, ਅਸੀਂ ਇੰਨੀ ਕੁ ਮਿਹਨਤ ਕਰਕੇ, ਇੰਨਾ ਕੁ ਮਾਲ ਕਮਾ ਕੇ, ਵਿੱਚੋਂ ਇੰਨਾ ਕੁ ਗਰੀਬਾਂ, ਮਸਕੀਨਾਂ, ਯਤੀਮਾਂ ਜਾਂ ਮਾਂ ਬਾਪ ਨੂੰ ਦੇਣਾ ਗਵਾਰਾ ਨਹੀਂ ਕਰਦੇ। ਮੈਂ ਸਦਕੇ ਨਾ ਜਾਵਾਂ ਉਸ ਕੰਬਲੀ ਵਾਲੇ ਤੋਂ ਜਿਹਨੇ ਕਈ ਬਾਤਾਂ ਕੀਤੀਆਂ,
ਕਈ ਰਾਤਾਂ ਮਸੱਲੇ ਤੇ ਗੁਜ਼ਾਰੀਆਂ, ਸਰ ਸਜਦੇ ਵਿੱਚ ਰੱਖ ਕੇ ਰੋਂਦੇ ਰਹੇ ਤੇ ਅਰਸ਼ ਤੋਂ ਆਵਾਜ਼ ਆਈ, ਸੋਹਣਿਆ ਗੁਨਾਹ ਤੇਰੇ ਪੱਲੇ ਕੋਨੀ, ਕਿਸੇ ਚੀਜ਼ ਦੀ ਜ਼ਰੂਰਤ ਤੈਨੂੰ ਕੋਨੀ, ਤੇਰੀ ਜ਼ੁਲਫ ਦੇ ਕੁੰਡਲ ਤੋਂ ਮੈਂ ਦੋਵੇਂ ਜਹਾਨ ਵਾਰਦਾ, ਸੋਹਣਿਆ ਦੱਸ ਕੀ ਚਾਹਨਾ। ਤੇ ਮੇਰੇ ਨਬੀ ਨੇ ਫਰਮਾਇਆ, ਰੱਬੀ ਹਬਲੀ ਉਮਤੀ, ਰੱਬਾ ਮੇਰੀ ਉਮਤ ਨੂੰ ਬਖਸ਼ ਦੇ। ਤੇ ਜਾਂਦੀ ਵਾਰੀ ਸਾਨੂੰ ਸਬਕ ਫਿਰ ਉਹ ਹੀ ਦੇ ਗਏ। ਸਹਾਬਾ ਨੂੰ ਫਰਮਾਇਆ, ਮੈਂ ਟੁਰ ਚੱਲਿਆ, ਮੇਰੇ ਅਵੈਸ ਨੂੰ ਆਖਿਆ ਜੇ ਕਿ ਮੇਰੀ ਉਮਤ ਦੀ ਬਖਸ਼ਿਸ਼ ਦੀ ਦੁਆ ਕਰਨ। ਮੈਂ ਹਜ਼ਰਤ ਅਵੈਸੇ ਕਰਨੀ ਦੇ ਬਾਰੇ ਜਿੰਨਾ ਸੁਣਿਆ, ਜਿੰਨਾ ਪੜ੍ਹਿਆ, ਮੈਨੂੰ ਗੱਲਾਂ ਵਿੱਚ ਇੱਕੋ ਹੀ ਗੱਲ ਨਜ਼ਰ ਆਈ ਹੈ ਕਿ ਉਹਨਾਂ ਜ਼ਿੰਦਗੀ ਆਪਣੀ ਮਾਂ ਦੀ ਖਿਦਮਤ ਵਿੱਚ ਗੁਜ਼ਾਰ ਛੱਡੀ। ਤੇ ਸਾਰੀਆਂ ਗੱਲਾਂ ਵਿੱਚੋਂ ਇੱਕੋ ਹੀ ਗੱਲ ਨਿਚੋੜ ਕੇ ਤੁਹਾਨੂੰ ਦੇ ਜਾਂਦਾ, ਜਿਸ ਮਾਂ ਦੀ ਇੰਨੀ ਅਜ਼ਮਤ ਹੈ, ਤੂੰ ਸੋਚ ਉਸ ਬਾਪ ਦੀ ਕਿੰਨੀ ਅਜ਼ਮਤ ਹੋਵੇਗੀ ਜਿਹਦੀਆਂ ਖਿਦਮਤਾਂ ਤੇਰੀ ਮਾਂ ਕਰਦੀ ਹੈ, ਜਿਹਦੇ ਕੱਪੜੇ ਤੇਰੀ ਮਾਂ ਧੋਂਦੀ ਹੈ, ਜਿਹਦੇ ਬੂਟ ਤੇਰੀ ਮਾਂ ਪਾਲਿਸ਼ ਕਰਦੀ ਹੈ, ਜਿਹਦੀ ਸਿਹਤ ਦਾ ਖਿਆਲ ਤੇਰੀ ਮਾਂ ਰੱਖਦੀ ਹੈ। ਕਦੀ ਵੀ ਖਾਲੀ ਮਾਂ ਦੀ ਖਿਦਮਤ ਨਾ ਕਰਿਆ ਜੇ, ਮਾਂ ਬਾਪ ਦੀ ਖਿਦਮਤ ਕਰਿਆ ਜੇ। ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ, ਸ਼ਾਇਦ ਬਾਤ ਕਿਸੀ ਕੇ ਦਿਲ ਮੇਂ ਉਤਰ ਜਾਏ।